ਸੁਣਿਆ ਸੀ ਕਿ ਇੱਕ ਸਾਲ ਦੇ ਵਿੱਚ 365 ਦਿਨ ਹੁੰਦੇ ਨੇ ਅਤੇ 365 ਚਰਚ ਜੇ ਨਾ ਪੂਰੇ ਮਾਲਟਾ ਦੇ ਵਿੱਚ ਨੇ, ਠੀਕ ਹੈ ਜੀ। ਲੇਕਿਨ ਮੈਂ ਅੱਜ ਗੂਗਲ ਕੀਤਾ ਸੀ ਅਤੇ ਇਹ ਵੇਖੋ ਤੁਸੀਂ ਇੱਥੇ ਵੇਖ ਸਕਦੇ ਹੋ, ਠੀਕ ਹੈ ਜੀ, ਇੱਥੇ ਲਿਖਿਆ ਵੇ 369 ਜੇ ਨਾ ਚਰਚ ਨੇ, ਠੀਕ ਹੈ ਜੀ। ਹਾਂਜੀ ਜਨਾਬ, ਬਿਸਮਿਲ੍ਲਾ ਰਹਿਮਾਨ ਰਹੀਮ, ਸੱਲੂ ਪੰਜਾਬੀ ਤਰਫੋਂ ਸੱਲੂ ਪੰਜਾਬੀ ਫੈਮਿਲੀ ਨੂੰ ਅਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ। ਉਮੀਦ ਕਰਨਾ ਵਾਂ ਤੁਸੀਂ ਹੈਰੋ ਆਫੀਅਤ ਦੇ ਨਾਲ ਹੋਵੋਗੇ। ਤੁਸੀਂ ਮੇਰੀ ਇੱਕ ਪਿਛਲੀ ਵੀਡੀਓ ਵੇਖੀ ਹੈ, ਸ਼ਾਰਟ ਵੀਡੀਓ ਵੇਖੀ ਹੈ ਮਸਜਿਦ ਦੇ ਉੱਤੇ, ਮਾਲਟਾ ਦੀ ਜਿਹੜੀ ਮਸਜਿਦ ਹੈ ਉਹਦੇ ਉੱਤੇ ਤੁਸੀਂ ਵੀਡੀਓ ਵੇਖੀ ਹੈ, ਠੀਕ ਹੈ ਜੀ। ਅਤੇ ਹੁਣ ਜਿਹੜਾ ਸੱਲੂ ਭਾਈ ਹਰੀ ਜਿਹੜਾ ਇਨਸ਼ਾਅੱਲਾ ਅੱਲਾਹ ਦੇ ਫਜ਼ਲ ਦੇ ਨਾਲ ਜਿਹੜਾ ਜਨਾਬ ਇੱਕ ਨਵੀਂ ਸੀਰੀਜ਼ ਦਾ ਆਗਾਜ਼ ਕਰਨ ਲੱਗੇ ਨੇ, ਅਤੇ ਉਹਦਾ ਮੈਂ ਜਿਹੜਾ ਇਫਤਤਾਹ ਜਿਹੜਾ ਸੀ ਨਾ ਮਾਲਟਾ ਦੀ ਜਿਹੜੀ ਮਸਜਿਦ ਸੀ ਇਹ ਤੋਂ ਕੀਤਾ ਸੀ, ਠੀਕ ਹੈ ਜੀ। ਹੁਣ ਇਹਦੇ ਥੋੜ੍ਹਾ ਥੋੜ੍ਹਾ ਮੈਂ ਐਕਸਪਲੇਨ ਕਰਦਾ। ਪੂਰੇ ਮਾਲਟਾ ਦੇ ਵਿੱਚ ਜਿਹੜਾ ਜਨਾਬ ਇੱਕ ਮਸਜਿਦ ਹੈ, ਠੀਕ ਹੈ ਜੀ, ਅਲਹਮਦੁਲਿਲਾ। ਉਹ ਵੀ ਜਿਹੜਾ ਮੇਰੇ ਘਰ ਦੇ ਬਿਲਕੁਲ ਨੇੜੇ ਵੇ, ਤਕਰੀਬਨ ਸਮਝ ਲਵੋ 10 ਮਿੰਟ ਦਾ ਰਸਤਾ, ਅਲਹਮਦੁਲਿਲਾ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਜਿਹੜਾ ਨਾ ਮੈਂ ਸੁਣਿਆ ਸੀ ਜਦੋਂ ਮੈਂ ਇੱਥੇ ਆਇਆ ਹੈ ਨਾ ਮਾਲਟਾ ਦੇ ਵਿੱਚ, ਲੋਕਾਂ ਕੋਲ ਸੁਣਿਆ ਸੀ ਕਿ ਇੱਕ ਸਾਲ ਦੇ ਵਿੱਚ 365 ਦਿਨ ਹੁੰਦੇ ਨੇ ਅਤੇ 365 ਚਰਚ ਜੇ ਨਾ ਪੂਰੇ ਮਾਲਟਾ ਦੇ ਵਿੱਚ ਨੇ, ਠੀਕ ਹੈ ਜੀ। ਲੇਕਿਨ ਮੈਂ ਅੱਜ ਗੂਗਲ ਕੀਤਾ ਸੀ ਅਤੇ ਇਹ ਵੇਖੋ ਤੁਸੀਂ ਇੱਥੇ ਵੇਖ ਸਕਦੇ ਹੋ, ਠੀਕ ਹੈ ਜੀ, ਇੱਥੇ ਲਿਖਿਆ ਵੇ 369 ਜੇ ਨਾ ਚਰਚ ਨੇ, ਠੀਕ ਹੈ ਜੀ। ਅਤੇ 369 ਚਰਚ ਨੇ, ਅਤੇ ਮੈਂ ਹੁਣ ਜਿਹੜੀ ਨਵੀਂ ਸੀਰੀਜ਼ ਹੈ ਨਾ ਉਹਦਾ ਜਿਹਾ ਨਾ ਆਗਾਜ਼ ਜਿਹਾ ਨਾ ਕਰਨਾ ਵੇ ਕਿ ਜਨਾਬ ਵਹਾਣਾ ਵੇ ਜਿੰਨੇ ਵੀ ਮਾਲਟਾ ਦੇ ਵਿੱਚ ਜਿਹੜਾ ਚਰਚ ਨੇ, ਠੀਕ ਹੈ ਜੀ, ਬੜੇ ਬੜੇ ਇਹਨਾਂ ਦਾ ਜਿਹੜਾ ਨਾ, ਕਿਉਂਕਿ ਯੂਰਪ ਦੇ ਵਿੱਚ ਜਿੰਨੇ ਵੀ ਚਰਚ ਵਗੈਰਾ ਜੋ ਜਿੰਨੇ ਵੀ ਨੇ ਨਾ ਪੂਰਾ ਇੱਕ ਜਿਹਾ ਨਾ ਆਰਕੀਟੈਕਚਰਲ ਡਿਜ਼ਾਇਨ ਕੀਤੇ ਨੇ, ਬੜੇ ਬੜੇ ਸੋਹਣੇ ਵੀ ਨੇ, ਠੀਕ ਹੈ, ਕੁਛ ਸਿੰਪਲ ਵੀ ਨੇ ਅਤੇ ਐਨ ਜੀ ਨੇ, ਠੀਕ ਹੈ ਜੀ। ਉਹਨਾਂ ਦਾ ਆਪੀ ਮਜ਼ਬੀ ਤਰੀਕੇ ਨਾਲ ਜੀ ਇੰਜਨ ਬਿਹਤਰ ਲੱਗਦਾ ਉਹ ਬਣਾਉਂਦੇ ਨੇ, ਜੇ ਅਸੀਂ ਮਾਸ਼ਾਅੱਲਾ ਆਪਣੀਆਂ ਮਸਜਿਦਾਂ ਬਿਹਤਰ ਬਣਾਉਂਦੇ ਹਾਂ, ਉਹ ਜਿੰਨਾ ਉਹਨਾਂ ਕੋਲੋਂ ਲੱਗਦਾ ਉਹ ਵੀ ਬਿਹਤਰ ਬਣਾਉਂਦੇ ਨੇ, ਠੀਕ ਹੈ ਜੀ। ਅਤੇ ਹੁਣ ਮੈਂ ਜਿਹਾ ਨਾ ਸੋਚਿਆ ਵੇ ਕਿ ਜਿਹੜਾ ਜਿੰਨੇ ਵੀ ਮਾਲਟਾ ਦੇ ਵਿੱਚ ਜਿਹੜੇ ਚਰਚ ਨੇ ਨਾ, ਇਨਸ਼ਾਅੱਲਾ ਇਨਸ਼ਾਅੱਲਾ ਜਨਾਬ ਜਾਵਾਂ ਕਰਾਂਗਾ ਹਰ ਚਰਚ ਦੇ ਬਾਹਰ, ਬਾਹਰ ਜਾ ਕੇ ਫਰੰਟ ਤੋਂ ਜਨਾਬ ਤੁਹਾਨੂੰ ਨਾ ਵਹਾਵਾਂਗਾ, ਠੀਕ ਹੈ ਜੀ। ਇੱਕ ਮਿੰਟ ਦੀ ਜਿਹੜੀ ਹੈ ਨਾ ਮੈਕਸੀਮਮ 1 ਮਿੰਟ ਨਹੀਂ ਤਾਂ 1.5 ਮਿੰਟ ਜਿਹੜੀ ਹੈ ਨਾ ਵੀਡੀਓ ਬਣਾਉਣੀ ਕਰਨੀ ਹੈ, ਸ਼ਾਰਟ, ਬਹੁਤ ਹੀ ਲੰਬੀ ਨਹੀਂ ਵੀਡੀਓ ਬਣਾਉਣੀ ਕਰਨੀ, ਜਿੰਨਾ ਹੋ ਸਕਿਆ ਉਹ ਨਹੀਂ ਬਣਾਵਾਂਗਾ, ਠੀਕ ਹੈ ਜੀ। ਅਤੇ ਇਹ ਸਫ਼ਰ ਹੈ ਜਨਾਬ ਮਾਲਟਾ ਦੇ ਵਿੱਚ, ਜਿੰਨਾ ਵੀ ਜਨਾਬ ਚਰਚ ਹਰ ਰੋਜ਼ ਵੀ ਕੋਸ਼ਿਸ਼ ਕਰਾਂਗਾ ਕਿ ਡੇਲੀ ਜਿਹੜਾ ਨਾ ਜਨਾਬ ਬਣਾ ਵੀਡੀਓ ਜਿਹਦੇ ਨਾਲ ਚਾੜਾ ਕਰਾਂਗਾ ਉੱਤੇ, ਠੀਕ ਹੈ ਜੀ। ਡੇਲੀ ਤੋਂ ਮੁਰਾਦ ਹੈ ਕਿ ਡੇਲੀ ਦੇ ਵਿੱਚ ਜਿਹੜਾ ਜਨਾਬ ਇਹ ਵੀ ਆਈ ਜਾਂਦਾ ਹੈ ਕਿ ਇੱਕ ਮਾਲਟਾ ਦਾ ਚਰਚ ਚਾੜਾ ਕਰਾਂਗਾ, ਇੱਕ ਉਸ ਤੋਂ ਬਾਅਦ ਜਿਹੜਾ ਮੈਮੋਰੀਅਲ ਜਿਹੜਾ ਢਾਂਚਾ ਬਣਿਆ ਹੁੰਦਾ ਵੇ ਉਹ ਚਾੜਾ ਕਰਾਂਗਾ, ਦੋ ਤਾਂ ਇਨਸ਼ਾਅੱਲਾ ਜਿਹੜਾ ਨਾ ਸੱਲੂ ਭਾਈ ਜਿਹੜੀ ਜਿਹੜਾ ਸ਼ਾਰਟ ਲਾਜ਼ਮੀ ਚਾੜਨ ਕਰਨਗੇ, ਅਤੇ ਉਸ ਤੋਂ ਬਾਅਦ ਜਿੰਨਾ ਵੀ ਜਿਹੜਾ ਵੇ ਨਾ ਜਨਾਬ ਮਾਲਟਾ ਦੇ ਬਾਰੇ ਲਈ ਇਨਸ਼ਾਅੱਲਾ ਇਨਫੋਰਮੇਸ਼ਨ ਦਾ ਵੀ ਆਗਾਜ਼ ਕਰਨ ਲੱਗੇ ਆ, ਉਸ ਤੋਂ ਬਾਅਦ ਜਨਾਬ ਸੱਲੂ ਭਾਈ ਜਿਹੜੀ ਜਨਾਬ ਇੰਟਰਵਿਊ ਵੀ ਸ਼ੁਰੂ ਕਰਨ ਲੱਗੇ ਨੇ, ਇੱਕ ਇਹ ਵੀ ਨਵਾਂ ਐਕਸਪੀਰੀਅੰਸ ਹੈ ਜਨਾਬ। ਅਤੇ ਇਨਸ਼ਾਅੱਲਾ ਲੈ ਕੁਛ ਬੜਾ ਕੁਛ ਲੈ ਕੇ ਆਉਣਾ, ਬਸ ਮਿਹਰਬਾਨੀ ਕਰਕੇ ਕੀਪ ਸਪੋਰਟਿੰਗ, ਠੀਕ ਹੈ, ਸੱਲੂ ਭਾਈ ਜਨਾਬ ਅੱਗੇ ਲੈ ਕੇ ਜਾਓ, ਅਤੇ ਇਨਸ਼ਾਅੱਲਾ ਸੱਲੂ ਭਾਈ ਦੀ ਸੱਲੂ ਭਾਈ ਸੱਲੂ ਪੰਜਾਬੀ ਫੈਮਿਲੀ ਜਿਹੜਾ ਜਨਾਬ ਅੱਗੇ ਵਧੇ। ਤੁਹਾਨੂੰ ਮੈਂ ਹਮੇਸ਼ਾ ਪਹਿਲੇ ਦਿਨ ਤੋਂ ਕਿਹਾ ਸੀ ਕਿ ਜਨਾਬ ਜਦੋਂ ਇਨਸਾਨ ਟੁੱਟਦਾ ਵੇ ਉਦੋਂ ਹਮੇਸ਼ਾ ਇਕੱਲਾ ਟੁੱਟਦਾ ਵੇ, ਜਦੋਂ ਪਿੱਛੇ ਵੇਖਦਾ ਨਾ ਤਾਂ ਨਾਲ ਦੇ ਕਾਫਲੇ ਟੁੱਟਦੇ ਨੇ, ਅਤੇ ਇਨਸ਼ਾਅੱਲਾ ਅਲਹਮਦੁਲਿਲਾ ਤਕਰੀਬਨ ਯੂਟਿਊਬ ਦੇ ਉੱਤੇ ਤਾਂ ਮਾਸ਼ਾਅੱਲਾ ਤਕਰੀਬਨ 3000 ਦੇ ਕਰੀਬ ਅਤੇ ਉਹਦੇ 'ਤੇ ਹੋ ਗਏ ਨੇ, ਯੂਟਿਊਬ ਦੇ ਹੋ ਗਏ ਨੇ, ਠੀਕ ਹੈ ਜੀ। ਅਤੇ ਟਿਕਟਾਕ ਦੇ ਉੱਤੇ ਜਨਾਬ ਮਾਸ਼ਾਅੱਲਾ ਉਹਦੇ 1000 ਦੇ ਉੱਤੇ ਹੋ ਗਏ ਨੇ, ਫੇਸਬੁੱਕ ਦੇ ਉੱਤੇ ਜਨਾਬ ਕਿੰਨੇ 5000 ਤੋਂ ਉੱਤੇ ਹੋ ਗਏ ਨੇ, ਉਸ ਤੋਂ ਬਾਅਦ ਇੰਸਟਾਗ੍ਰਾਮ 'ਤੇ ਵੀ ਅਲਹਮਦੁਲਿਲਾ ਅੱਲਾਹ ਦਾ ਬੜਾ ਆਸਾਨ ਹੈ, ਸ਼ੁਕਰ ਉਸ ਮਾਲਕ ਦੀ ਜ਼ਾਤ ਦਾ ਕਿ ਅੱਲਾਹ ਪਾਕ ਨੇ ਮੈਨੂੰ ਇੱਜ਼ਤ ਬਖਸ਼ੀ ਹੈ। ਅਤੇ ਉਸ ਤੋਂ ਬਾਅਦ ਮਾਲਟਾ ਦੇ ਵਿੱਚ ਜਨਾਬ ਮੈਂ ਗਲੀਆਂ 'ਚ ਜਾਂਦਾ ਵਾਂ, ਬੱਸਾਂ 'ਤੇ ਜਾਂਦਾ ਵਾਂ, ਹਰ ਪਾਸੇ ਜਨਾਬ ਸੱਲੂ ਭਾਈ ਕੀ ਹਾਲ ਚਾਲ ਹੈ। ਅਤੇ ਇਹ ਮੇਰੇ ਭਰਾਓ ਤੁਹਾਡਾ ਬੜਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਜਨਾਬ ਸਪੋਰਟ ਕਰਦੇ ਹੋ, ਅਤੇ ਮਿਹਰਬਾਨੀ ਕਰਕੇ ਹੋਰ ਵੀ ਕਰੋ ਤਾਂ ਕਿ ਸਫ਼ਰ ਨੂੰ ਹੋਰ ਅੱਗੇ ਵਧਾਵਾਂ ਅਤੇ ਆਪਣੀ ਸੱਲੂ ਪੰਜਾਬੀ ਫੈਮਿਲੀ ਜਨਾਬ ਪੂਰੀ ਦੁਨੀਆ ਵਹਾਵਾਂ, ਮਾਲਟਾ ਨਹੀਂ ਇਨਸ਼ਾਅੱਲਾ ਪੂਰੀ ਦੁਨੀਆ ਵਹਾਣੀ ਹੈ, ਠੀਕ ਹੈ ਜੀ। ਅਤੇ ਹੁਣ ਦੇਵੋ ਸੱਲੂ ਪੰਜਾਬੀ ਨੂੰ, ਖੁਸ਼ ਰਹੋ, ਹੱਸਦੇ ਰਹੋ, ਵੱਸਦੇ ਰਹੋ, ਅੱਲਾਹ ਪਾਕ ਤੁਹਾਡੇ 'ਤੇ ਵੀ ਰਹਿਮਤ ਕਰੇ, ਮੇਰੇ 'ਤੇ ਵੀ ਰਹਿਮਤ ਕਰੇ। ਵੇਖਿਓ ਜਨਾਬ ਸੱਲੂ ਭਾਈ ਜਿਹੜੀ ਜਨਾਬ ਤੁਹਾਨੂੰ ਪੂਰਾ ਜਿਹੜਾ ਮਾਲਟਾ ਮਾਲਟਾ ਦਾ ਚੱਪਾ ਚੱਪਾ ਵਹਾਣਗੇ, ਟੈਨਸ਼ਨ ਨਹੀਂ ਲੈਣੀ, ਠੀਕ ਹੈ ਜੀ। ਹੁਣ ਦੇਵੋ ਸੱਲੂ ਪੰਜਾਬੀ ਨੂੰ ਇਜਾਜ਼ਤ, ਪਾਕਿਸਤਾਨ ਜ਼ਿੰਦਾਬਾਦ।